ਮੈਂ ਪੜ੍ਹ ਰਿਹਾ ਸੀ ਇੱਕ ਦਿਨ ਦੀਵਾਨੇ ਗਾਲਬ। ਇਹ ਬਹਾਦਰ ਸ਼ਾਹ ਜ਼ਫਰ ਦਾ ਦਰਬਾਰੀ ਸ਼ਾਇਰ ਸੀ ਔਰ ਉਸ ਵਕਤ ਦਾ ਸਿਰਮੌਰ ਸ਼ਾਇਰ। ਅਤੇ ਤੁਸੀਂ ਆਖੋਗੇ ਫਿਰ ਬੜਾ ਆਨੰਦ 'ਚ ਰਹਿੰਦਾ ਹੋਵੇਗਾ, ਬੜਾ ਸੁੱਖ ਦੇ 'ਚ ਰਹਿੰਦਾ ਹੋਵੇਗਾ, ਕਿਉਂਕਿ ਸਾਰੇ ਸ਼ਾਇਰਾਂ ਵਿੱਚ ਉੱਚਾ। ਅਤੇ ਬਹਾਦਰ ਸ਼ਾਹ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਸੀ, ਪ੍ਰਸੰਨਤਾ ਦਾ ਪਾਤਰ ਬਣਿਆ ਹੋਇਆ ਸੀ, ਬਹਾਦਰ ਸ਼ਾਹ ਉਸ 'ਤੇ ਮਾਣ ਕਰਦਾ ਸੀ। ਸਾਰੇ ਆਲਮ ਫਾਜ਼ਲ ਉਹਦਾ ਸਨਮਾਨ ਕਰਦੇ ਸਨ। ਅਤੇ ਤੁਸੀਂ ਆਖੋਗੇ ਬੜਾ ਸੁਖੀ ਹੋਵੇਗਾ, ਉਹਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦੇ। ਸਾਰੀ ਦੁਨੀਆ ਦੀਆਂ ਪਰੇਸ਼ਾਨੀਆਂ ਨੂੰ ਇਕੱਠਾ ਕਰੀਏ, ਬੇਚੈਨੀਆਂ ਨੂੰ ਇਕੱਠਾ ਕਰੀਏ, ਚਿੰਤਾਵਾਂ ਨੂੰ ਇਕੱਠਾ ਕਰੀਏ, ਉਹ ਮੇਰਾ ਦਿਲ ਹੈ। ਮੈਂ ਇੰਨਾ ਚਿੰਤਾ ਤੋਂ, ਮੈਂ ਇੰਨਾ ਦੁਖੀ, ਮੈਂ ਇਤਨਾ ਪਰੇਸ਼ਾਨ। ਛੋਟੀ ਦੇ ਸਿਆਣੇ ਮਨੁੱਖ ਨੂੰ ਚੀਰ ਕੇ ਵੇਖੋਗੇ, ਸਿਵਾਏ ਪਰੇਸ਼ਾਨੀਆਂ ਤੋਂ ਕੁਛ ਵੀ ਨਹੀਂ ਲੱਭਦਾ। ਖੋਲ੍ਹ ਕੇ ਵੇਖੋਗੇ, ਸਿਵਾਏ ਦੁੱਖਾਂ ਤੋਂ ਹੋਰ ਕੁਛ ਵੀ ਨਹੀਂ ਮਿਲਦਾ। ਜੈਸੇ ਜੈਸੇ ਸਿਆਣਾ ਹੁੰਦਾ ਜਾ ਰਿਹਾ, ਪਰੇਸ਼ਾਨ ਕਿਉਂ? ਉਹ ਦੇਖਦਾ ਕਿਸੇ ਇੱਕ ਅੱਧ ਪਹਿਲੂ 'ਚ ਮੈਂ ਅੱਗੇ, ਮੈਂ ਤਾਂ ਪਛੜਿਆ ਹੋਇਆ। ਪਛੜਿਆ ਹੋਣਾ ਬੋਝ ਬਣਦਾ। ਮੈਂ ਫਿਰ ਅਰਜ਼ ਕਰਾਂ, ਇਸ ਵਾਸਤੇ ਚੋਟੀ ਦਾ ਧਨਵਾਨ ਮਹਾਂਦੁਖੀ ਹੋਵੇਗਾ, ਹਜ਼ਾਰਾਂ ਪਹਿਲੂਆਂ 'ਚ ਪਿੱਛੇ, ਕੋਈ ਸਿਹਤ ਦੇ 'ਚ ਅੱਗੇ ਹੈ, ਤੰਦਰੁਸਤੀ ਦੇ 'ਚ ਅੱਗੇ ਹੈ, ਧਨ ਦੇ 'ਚ ਪਛੜਿਆ ਹੈ। ਧਨ ਦੇ 'ਚ ਤਾਂ ਬਹੁਤ ਅੱਗੇ ਚਲਾ ਗਿਆ, ਤੰਦਰੁਸਤੀ ਗਵਾ ਬੈਠਾ। ਸਾਰੇ ਪਹਿਲੂਆਂ 'ਚ ਕੋਈ ਅੱਗੇ ਨਹੀਂ ਆਉਂਦਾ, ਇੱਕ ਪਹਿਲੂ 'ਚ ਅੱਗੇ ਆਉਂਦਾ, ਹਜ਼ਾਰਾਂ 'ਚ ਪਛੜਿਆ ਆਉਂਦਾ। ਮਨੁੱਖ ਸਾਰੇ ਪਹਿਲੂਆਂ ਦੇ ਸੰਪੂਰਨ ਹੋਣਾ ਚਾਹੁੰਦਾ। ਕਿਸੇ ਨੂੰ ਧਾਰਮਿਕ ਮਹਾਂਪੁਰਸ਼ ਕਹਿੰਦੇ ਨੇ, ਮਨੁੱਖ ਪਰਮਾਤਮਾ ਹੋਣਾ ਚਾਹੁੰਦਾ। ਇਹ ਵਗਦੀ ਹੋਈ ਸਰਿਤਾ, ਇਹ ਵਗਦੀ ਹੋਈ ਨਦੀ ਸਾਗਰ ਹੋਣਾ ਚਾਹੁੰਦੀ ਹੈ। ਤਾਂ ਹੁਣ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ, ਸਭ ਕੁਝ ਹੋਣਾ ਚਾਹੁੰਦਾ, ਇਹ ਤੂੰ ਕਿਵੇਂ ਹੋਵੇ? ਇੱਕ ਨੁਕਤਾ ਹੈ, ਸਭ ਕੁਝ ਹੋਣ ਵਾਸਤੇ ਸਮਾਂ ਚਾਹੀਦਾ, ਸਮਾਂ। ਤੂੰ ਸਮੇਂ ਵਿੱਚ ਮਨੁੱਖ ਯਤਨ ਕਰਦਾ, ਜਿਹੜਾ ਮਨੁੱਖ ਸਭ ਕੁਝ ਹੋਣਾ ਚਾਹੁੰਦਾ, ਸਮੇਂ ਦੀ ਬੜੀ ਕਦਰ ਕਰਦਾ, ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ। ਯੂਰਪ ਦੇ ਸਮੇਂ ਦੀ ਬੜੀ ਕੀਮਤ, ਬੜੀ ਕਦਰ। ਲੋਸ ਏਂਜਲਸ ਦੇ ਇੱਕ ਖੁੱਲ੍ਹੇ ਸਮਾਗਮ ਵਿੱਚ ਦਾਸ ਨੇ 40 ਮਿੰਟ ਬੋਲਣਾ ਸੀ, ਮੈਨੂੰ ਯਾਦ ਹੈ। ਜਿਹੜਾ ਸੱਜਣ ਮੈਨੂੰ ਲੈ ਜਾ ਰਿਹਾ ਸੀ ਕਿਤੇ ਜਾਮ ਵਿੱਚ ਫਸ ਗਿਆ, ਸਟੇਜ 'ਤੇ ਸਿਰਫ ਮੈਂ 1 ਮਿੰਟ ਲੇਟ ਪਹੁੰਚਿਆ। ਉੱਥੇ ਇੱਕ ਬਹੁਤ ਛੋਟੀ ਦਾ ਸਿਆਣਾ ਮਨੁੱਖ ਬੈਠਾ ਸੀ, ਕਹਿੰਦੇ ਗਏ ਨਹੀਂ ਜੀ, ਅੰਦਾਜ਼ਨ 5000 ਬੰਦੇ ਬੈਠੇ ਨੇ, 5000 ਮਿੰਟ 'ਤੇ ਜ਼ਾਇਆ ਗਏ ਨੇ, ਅਸੀਂ 1 ਮਿੰਟ ਲੇਟ ਆਏ। 1-1 ਮਿੰਟ ਦਾ ਹਿੱਸਾ। ਮਨੁੱਖ ਸਭ ਕੁਝ ਹੋਣਾ ਚਾਹੁੰਦਾ, ਤਾਂ ਸਮਾਂ ਚਾਹੀਦਾ। ਇਸ ਵਾਸਤੇ ਬਹੁਤ ਮਸਰੂਫ ਮਨੁੱਖ ਕਹਿ ਦਿੰਦਾ, ਮੇਰੇ ਕੋਲ ਸਮਾਂ ਨਹੀਂ, ਸਮਾਂ ਨਹੀਂ।
ਸਮੇਂ ਦੀ ਮਨੁੱਖ ਇਸ ਢੰਗ ਨਾਲ ਵਰਤੋਂ ਕਿਉਂ ਕਰਦਾ ਹੈ? ਸਭ ਪਹਿਲੂਆਂ 'ਚ ਅੱਗੇ ਹੋਣਾ ਚਾਹੁੰਦਾ। ਮੈਂ ਤਾਂ ਕਈ ਦਫ਼ਾ ਦੇਖ ਕੇ ਹੈਰਾਨ ਹੋ ਜਾਂਦਾ। ਸਾਰੀ ਭੱਜ ਦੌੜ ਆਰਾਮ ਵਾਸਤੇ ਹੈ ਅਤੇ ਮਨੁੱਖ ਕੋਲ ਆਰਾਮ ਨਹੀਂ, ਆਰਾਮ ਕਰਨ ਲਈ ਸਮਾਂ ਨਹੀਂ। ਸਾਰੀ ਭੱਜ ਦੌੜ ਰੋਟੀ ਵਾਸਤੇ ਹੈ, ਰੋਟੀ ਖਾਣ ਦੀ ਵਿਹਲ ਕੋਈ ਨਹੀਂ। ਮੈਂ ਐਸਾ ਦੇਖਿਆ, ਮੈਨੂੰ ਕਈਆਂ ਨੇ ਇਸ ਤਰ੍ਹਾਂ ਕਿਹਾ ਵੀ ਗਿਆਨੀ ਜੀ, ਤੁਸੀਂ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਪ ਕਰੋ, ਸਾਡੇ ਕੋਲ ਰੋਟੀ ਖਾਣ ਦਾ ਵੇਲ ਨਹੀਂ। ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਸਾਰੀ ਭੱਜ ਦੌੜ 'ਤੇ ਰੋਟੀ ਵਾਸਤੇ ਰੋਟੀ ਖਾਣ ਦੀ ਵਿਹਲ ਨੇ। ਵੀ ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆ, ਸਾਡੇ ਕੋਲ ਤਾਂ ਆਰਾਮ ਕਰਨ ਦਾ ਵੀ ਵਿਹਲ ਕੋਈ। ਹੁਣ ਸਾਰੀ ਭੱਜ ਦੌੜ 'ਤੇ ਆਰਾਮ ਵਾਸਤੇ ਹੈ ਨਾ, ਆਰਾਮ ਕਰਨ ਦਾ ਸਮਾਂ ਨਹੀਂ। ਕਈ ਮੂੜ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ, ਗਿਆਨੀ ਜੀ ਸਾਡੇ ਕੋਲ ਤਾਂ ਮਰਨ ਦੀ ਵੀ ਵਿਹਲ ਕੋਈ ਨਹੀਂ। ਮੈਂ ਉਹਨਾਂ ਨੂੰ ਕਹਿੰਦਾ ਪਿਆ ਝੂਠ ਬੋਲੋ, ਝੂਠ ਬੋਲਦੇ ਪਿਓ, ਮੌਤ ਆਪਣੀ ਵੇਲ ਕੱਢ ਲੈ ਗਈ, ਤੂੰ ਦੇਖਦਾ ਹੀ ਰਹਿ ਜਾਏਗਾ, ਤੂੰ ਦੇਖਦਾ ਹੀ ਰਹਿ ਜਾ। ਜਾਣੋ ਸਤ ਉਹ ਵੰਤੋ ਮਰਣੋ, ਮੌਤ ਤੈਨੂੰ ਨਾ ਕੁਛ ਕਰ ਦੇਵੇ, ਮਿਟਾ ਦੇਵੇ, ਉਸ ਤੋਂ ਪਹਿਲੇ ਤੂੰ ਆਪ ਮਿਟ ਜਾ, ਨਾ ਕੁਛ ਹੋ ਜਾ। ਔਰ ਜਿਹੜਾ ਨਾ ਕੁਛ ਹੋ ਜਾਂਦਾ ਉਹ ਸਭ ਕੁਛ ਹੋ ਜਾਂਦਾ, ਉਹ ਹਰ ਪਹਿਲੂ 'ਚ ਅੱਗੇ ਹੋ ਜਾਂਦਾ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਇਹਨੂੰ ਕਹਿੰਦੇ ਨੇ ਧਰਮ ਦਾ ਸਾਰ, ਧਰਮ ਦਾ ਮੂਲ। ਮੌਤ ਤੈਨੂੰ ਮਿਟਾ ਦੇਵੇ, ਤੇਰੇ ਤਨ ਨੂੰ ਮਿਟਾ ਦੇਵੇ, ਉਸ ਤੋਂ ਪਹਿਲੇ ਤੂੰ ਆਪਣੇ ਮਨ ਨੂੰ ਮਿਟਾ ਦੇ। ਇਹ ਇੱਕ ਨੁਕਤਾ, ਤਨ ਨੂੰ ਮਿਟਾਉਣ ਦੀ ਤੈਨੂੰ ਲੋੜ ਹੀ ਨਹੀਂ, ਆਤਮ ਹੱਤਿਆ ਕਰਨ ਦੀ ਤੈਨੂੰ ਲੋੜ ਨਹੀਂ। ਸਮੇਂ ਨਹੀਂ ਮਿਟਾ ਦੇਣਾ, ਕੱਲ ਨਹੀਂ ਮਿਟਾ ਦੇਣਾ, ਵਕਤ ਨਹੀਂ ਮਿਟਾ ਦੇਣਾ, ਤੂੰ ਕਿਉਂ ਮਿਟਾਉਣਾ? ਤੈਨੂੰ ਯਤਨ ਕਰਨ ਦੀ ਲੋੜ ਨਹੀਂ। ਸਮਾਂ ਰੋਜ਼ ਰੋਜ਼ ਤੈਨੂੰ ਮਿਟਾ ਹੀ ਰਿਹਾ, ਇੱਕ ਦਿਨ ਪੂਰਾ ਮਿਟਾ ਦੇਗਾ, ਮਿਟਾ ਦੇਗਾ। ਸਮਾਂ ਤੇਰੇ ਤਨ ਨੂੰ ਪੂਰਨ ਤੌਰ 'ਤੇ ਮਿਟਾ ਦੇਵੇ, ਉਸ ਤੋਂ ਪਹਿਲੇ ਤੂੰ ਪੂਰਨ ਤੌਰ 'ਤੇ ਆਪਣੇ ਮਨ ਨੂੰ ਮਿਟਾ। ਕਿਸ ਤਰ੍ਹਾਂ ਮਿਟਾਈਏ? ਮਨ ਨੂੰ ਸਮੇਂ ਦੇ ਚੋਂ ਕੱਢ ਲੈ, ਵਕਤ ਦੇ ਚੋਂ ਕੱਢ ਲੈ। ਤੁਸੀਂ ਆਖੋਗੇ ਮਨ ਨੂੰ ਸਮੇਂ ਦੇ ਚੋਂ ਕਿਵੇਂ ਕੱਢੀਏ? ਤਨ ਨੂੰ ਸਮਾਂ ਖਾ ਰਿਹਾ ਔਰ ਇੱਕ ਦਿਨ ਸਮਾਂ ਮਿਟਾ ਦੇਗਾ, ਮਨ ਸਮੇਂ ਦੇ 'ਚ ਭਟਕ ਰਿਹਾ, ਭਟਕ ਰਿਹਾ। ਮਨ ਨੂੰ ਸਮੇਂ ਦੇ 'ਚੋਂ ਕੱਢਣਾ। ਆਪਦੀ ਗੈਥਲੀ ਅਰਜ਼ ਕਰਾਂ, ਇੱਥੇ ਬੈਠਾ ਬੈਠਾ ਵੀ ਮਨ ਦੌੜ ਰਿਹਾ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਦੌੜਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ 'ਚ ਦੌੜਦਾ ਹੈ। ਸਮਾਂ ਤਨ ਨੂੰ ਮਿਟਾ ਦੇਵੇ, ਉਸ ਤੋਂ ਪਹਿਲੇ ਮਨ ਨੂੰ ਸਮੇਂ ਦੇ 'ਚੋਂ ਕੱਢ ਲੈ। ਸਮੇਂ ਦਾ ਸਭ ਤੋਂ ਛੋਟਾ ਭਾਗ ਹੈ ਵਰਤਮਾਨ, ਇੱਕ ਛਿਣ ਇੱਕ ਸੈਕਿੰਡ। ਸਮੇਂ ਦਾ ਸਭ ਤੋਂ ਛੋਟਾ ਭਾਗ ਹੈ ਨਾ, ਘੰਟਾ ਮਿੰਟ ਫਿਰ ਸੈਕਿੰਡ,
ਸੈਕਿੰਡ ਨੂੰ ਪੁਰਾਣੀ ਭਾਸ਼ਾ 'ਚ ਕਹਿੰਦੇ ਨੇ ਇੱਕ ਪਲ। ਆਪਣੇ ਮਨ ਨੂੰ ਇੱਕ ਪਲ ਦੇ ਚੱਲਿਆ ਅਤੇ ਇੱਕ ਪਲ ਦੇ 'ਚ ਲਿਆਂਦਿਆਂ ਮਨ ਨਾ ਕੁਛ ਹੋ ਜਾਏਗਾ, ਕਿਉਂਕਿ ਯਾਦਾਂ ਭੂਤ ਕਾਲ ਦੀਆਂ ਸਭ ਕੁਛ ਹੈ, ਚਿੰਤਾਵਾਂ ਭਵਿਸ਼ ਦੀਆਂ ਬਥੇਰਾ ਕੁਛ। ਇੱਕ ਪਲ ਦੇ 'ਚ ਆ ਗਿਆ ਤਾਂ ਫਿਰ ਕੀ ਕੁਛ ਹੈ, ਇੱਕ ਪਲ ਦੇ 'ਚ ਕੀ ਹੋ ਸਕਦਾ। ਇੱਕ ਪਲ ਦੇ 'ਚ ਮਨੁੱਖ ਦਾ ਸਭ ਕੁਛ ਮਿਟ ਜਾਏਗਾ। ਹੋਰ ਕੋਈ ਚੰਗਾ ਸ਼ਬਦ ਨਹੀਂ ਲੱਭ ਰਿਹਾ। ਇੱਕ ਸੈਕਿੰਡ ਦੇ 'ਚ ਮਨ ਆ ਜਾਏ, ਭੁੱਲ ਜਾਏ ਗੁਜ਼ਰੇ ਹੋਏ ਸਮੇਂ ਨੂੰ, ਨਜ਼ਰਅੰਦਾਜ਼ ਕਰ ਦੇਵੇ ਆਉਣ ਵਾਲੇ ਸਮੇਂ ਨੂੰ, ਇੱਕ ਸੈਕਿੰਡ ਦੇ 'ਤੇ ਨਾ ਕੁਛ ਹੋ ਜਾਏਗਾ। ਨਾ ਕੁਛ ਦੇ ਹੁੰਦਿਆਂ ਇਹ ਸਭ ਕੁਛ ਹੋ ਜਾਏਗਾ। ਇਹ ਵੀ ਮੈਂ ਅਰਜ਼ ਕਰਾਂ, ਧਰਮ ਦੀ ਸਾਧਨਾ, ਜਪ ਤਪ ਦੀ ਸਾਧਨਾ, ਮੈਂ ਕੁਛ ਨਹੀਂ, ਮੈਂ ਕੁਛ ਨਹੀਂ, ਮੈਂ ਕੁਛ ਨਹੀਂ। ਜਿਸ ਦਿਨ ਵਾਕਈ ਮਨੁੱਖ ਨਾ ਕੁਛ ਆਉਂਦਾ, ਉਸੇ ਦਿਨ ਸਭ ਕੁਛ ਹੋ ਜਾਂਦਾ, ਉਸੇ ਦਿਨ ਸਭ ਕੁਛ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੈਂ ਦੋ ਕਵਿਤ ਤੁਹਾਡੇ ਸਾਹਮਣੇ ਰੱਖਾਂ, ਬੜੇ ਕੀਮਤੀ। ਇੱਕ ਕਵਿਤਾ, ਇੱਕ ਸਵਈਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੋ ਸੋ ਨਾ ਨਾਥ ਅਨਾਥ ਨਾ ਮੌਸਰ, ਤੋ ਸੋ ਨਾ ਦਾਤਾ ਨਾ ਮੌਸੋ ਬਿਖਾਰੀ, ਇਹ ਪ੍ਰਭੂ ਰੂਹੇ ਜ਼ਮੀਨ ਤੇ ਮੇਰੇ ਜੈਸਾ ਹੋਰ ਕੋਈ ਮੰਗਤਾ ਨਹੀਂ ਹੈ। ਕਿ ਮੰਗਤਾ ਤਾਂ ਸਭ ਤੋਂ ਥੱਲੇ ਆਉਂਦਾ, ਸਿਰਫ ਉਸਦਾ ਹੱਥ ਹੀ ਥੱਲੇ ਨਹੀਂ, ਉਹਦਾ ਸਭ ਕੁਝ ਥੱਲੇ ਹੈ। ਮੰਗਤਾ ਸਭ ਤੋਂ ਥੱਲੇ ਆਉਂਦਾ। ਇਸ ਵਾਸਤੇ ਕਹਿੰਦੇ ਨੇ, ਭਿਖਾਰੀ ਤੋਂ, ਮੰਗਤੇ ਤੋਂ ਕੋਈ ਉੱਚੇ ਆਚਰਣ ਅਤੇ ਗੁਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਉਹਦੇ ਕੋਲ ਕੁਛ ਵੀ ਨਹੀਂ ਆਉਣਾ, ਉਹਦੇ ਕੋਲ ਕੋਈ ਸਦਾਚਾਰ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਭਿਖਾਰੀ ਤਬੀਅਤ, ਮੰਗਤ ਬਿਰਤੀ ਮਨੁੱਖਤਾ ਸੱਭਿਅਤਾ ਤੋਂ ਸਭ ਤੋਂ ਥੱਲੇ ਗਿਰਾ ਦੇਗੀ। ਇਸ ਵਾਸਤੇ ਮੰਗਤੇ ਕੋਲ ਕਦੀ ਭੁੱਲ ਕੇ ਵੀ ਇਖਲਾਕ ਦੀ ਕਾਮਨਾ ਨਹੀਂ ਕਰਨੀ ਚਾਹੀਦੀ, ਆਉਂਦਾ ਹੀ ਨਹੀਂ ਉਹਦੇ ਕੋਲ। ਮੰਗਤਾ ਸਭ ਤੋਂ ਥੱਲੇ ਆਉਂਦਾ, ਹਰ ਪਹਿਲੂਆਂ 'ਚ ਥੱਲੇ ਆਉਂਦਾ। ਭਾਈ ਸਾਹਿਬ ਕਹਿੰਦੇ ਨੇ, ਕੋਈ ਇਸ ਤਰ੍ਹਾਂ ਦਾ ਮੰਗਤਾ ਨਹੀਂ ਹੋਵੇਗਾ, ਹੇ ਪ੍ਰਭੂ ਜਿਤਨਾ ਮੈਂ ਆਦੋਗੇ, ਨਾ ਕੁਛ ਹੋਣਾ, ਕੁਛ ਵੀ ਨਹੀਂ ਮੈਂ। ਤੋ ਸੋ ਨਾ ਦਾਤਾ ਰੂਹੇ ਜ਼ਮੀਨ ਤੇ ਤੇਰੇ ਜੈਸਾ ਕੋਈ ਦਾਤਾ ਨਹੀਂ, ਮੇਰੇ ਜੈਸਾ ਕੋਈ ਭਿਖਾਰੀ। ਤੋ ਸੋ ਨਾ ਦਾਤਾ, ਤੋ ਸੋ ਨਾ ਨਾਥ ਅਨਾਥ ਨਾ ਮੌਸਰ, ਤੋ ਸੋ ਨਾ ਦਾਤਾ ਨਾ ਮੌਸੋ ਭਿਖਾਰੀ, ਤੇਰੇ ਜੈਸਾ ਹੋਰ ਕੋਈ ਨਾਥ ਮਾਲਕ ਨਹੀਂ ਹੈ, ਜਿਹਨੇ ਸਭ ਨੂੰ ਨੱਥਿਆ ਹੋਇਆ ਹੈ, ਅਤੇ ਮੇਰੇ ਜੈਸਾ ਅਨਾਥ ਕੋਈ ਵੀ ਨਹੀਂ, ਕੁਛ ਵੀ ਨਹੀਂ, ਮੇਰੇ ਹੱਥਾਂ 'ਚ ਕੁਛ ਵੀ ਨਹੀਂ, ਤੇਰੇ ਹੱਥਾਂ 'ਚ ਸਭ ਕੁਛ ਹੈ, ਮੇਰੇ ਹੱਥ ਖਾਲੀ। ਤੂੰ ਸਭ ਨੂੰ ਨੱਥਿਆ ਹੋਇਆ, ਸਭ ਕੁਝ ਤੇਰੇ ਕਾਬੂ 'ਚ, ਮੇਰੀ ਮੁੱਠੀ 'ਚ ਕੁਛ ਵੀ ਨਹੀਂ। ਉਂਝ ਮੁੱਠੀ ਦੇ 'ਚ ਬੰਦ ਕਰਨ ਦੀ ਕੋਸ਼ਿਸ਼ ਤਾਂ ਅਸੀਂ ਬੜੀ ਕਰਦੇ ਹਾਂ, ਜੀਵਨ ਭਰ ਕਰਦੇ ਹਾਂ। ਜੀਵਨ ਨੂੰ ਮੁੱਠੀ 'ਚ ਬੰਦ ਕਰ ਦੇਈਏ, ਜਵਾਨੀ ਨੂੰ ਮੁੱਠੀ 'ਚ ਬੰਦ ਕਰ ਦੇਈਏ, ਅਤੇ ਇਸ ਤਰ੍ਹਾਂ ਹੁੰਦਾ ਜਿਵੇਂ ਹਵਾ ਨੂੰ ਮੁੱਠੀ 'ਚ ਬੰਦ ਕਰੀਏ ਤਾਂ ਨਿਕਲ ਜਾਂਦੀ,
ਨਿਕਲ ਜਾਂਦੀ ਹੈ ਜਵਾਨੀ, ਨਿਕਲ ਜਾਂਦਾ ਜੀਵਨ, ਸਭ ਕੁਛ ਮੁੱਠੀ ਵਿੱਚ ਬੰਨਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਕੁਛ ਜਿਸਦੀ ਮੁੱਠੀ 'ਚ ਹੋਵੇ ਉਹਨੂੰ ਕਹਿੰਦੇ ਨਾਥ, ਸਭ ਕੁਝ ਨੂੰ ਨੱਥੇ ਹੋਇਆ, ਸਭ ਕੁਝ ਉਹਦੇ ਕੋਲ ਹੈ, ਅਨਾਥ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਸੋ ਨਾ ਅਨਾਥ, ਅਨਾਥ ਨਾ ਮੌਸਰ, ਤੋ ਸੋ ਨਾ ਦਾਤਾ ਨਾ ਮੌਸੋ ਵਿਖਾਰੀ, ਮੋਸੋ ਨਾ ਦੇਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਇਹ ਸਵਈਏ ਕਾਬਲੇ ਸੁਨੀਦ ਨੇ ਸੁਣਨ ਵਾਲੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੈਸਾ ਹੋਰ ਕੋਈ ਕਮਜ਼ੋਰ ਨਹੀਂ। ਕਮਜ਼ੋਰ ਨੂੰ ਦੀਨ ਕਹਿੰਦੇ ਨੇ। ਦੀਨ ਸ਼ਬਦ ਅਰਬੀ ਫਾਰਸੀ ਦਾ ਹੋਵੇ ਤੇ ਅਰਥ ਬਣਦੇ ਨੇ ਧਰਮ। ਦੀਨ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕਮਜ਼ੋਰ। ਦੀਨਨ ਕੀ ਪ੍ਰਿਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੇ, ਕਮਜ਼ੋਰਾਂ ਦੀ ਪਾਲਣਾ ਕਰਦਾ ਹੈ। ਦੀਨ ਕਮਜ਼ੋਰ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਇੱਥੇ ਦੀਨ ਦੇ ਅਰਥ ਧਰਮ ਨਹੀਂ, ਜੋ ਕਮਜ਼ੋਰ ਦੀ ਖਾਤਰ ਲੜੇ ਤੇ ਕਮਜ਼ੋਰ ਦੀ ਬਾਂਹ ਪਕੜ ਲਏ। ਕੌਣ ਕਮਜ਼ੋਰ ਦੀ ਬਾਂਹ ਪਕੜਦਾ? ਹਰ ਇੱਕ ਤਾਕਤਵਰ ਦੇ ਪਿੱਛੇ ਚੱਲਦੇ ਨੇ, ਕਮਜ਼ੋਰ ਦੀ ਬਾਂਹ ਕੌਣ ਪਕੜੇ? ਕਸ਼ਮੀਰੀ ਪੰਡਿਤਾਂ ਦੀ ਬਾਹਾਂ ਕਮਜ਼ੋਰ ਹੋ ਗਈਆਂ, ਪਕੜ ਲਈ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੇ। ਵਾਕ ਵੀ ਜੁੜ ਗਏ, ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦੀ ਜੇ ਬਾਂਹ ਨਾ ਛੋੜੀ। ਸਿਰ ਦੇ ਦਿਆਂਗਾ, ਇਹ ਬਾਂਹ ਨਹੀਂ ਛੱਡਾਂਗਾ, ਸੂਰਬੀਰਤਾ। हे प्रभु, मेरे जैसा कोई दीन नहीं है, पर तेरे जैसा कोई दयालु भी नहीं है। इतनी दया, इतना कोई दयालु नहीं हो सकता। मनुख की दया सीमित है, ये भी मैं अर्ज करा। हर जगह और हर एक ते दया मुश्किल है, मुश्किल है। हर वक्त दया और हर एक ते दया, ਜਿਵੇਂ ਸੂਰਜ ਦੇ ਵਿੱਚੋਂ ਹਰ ਵਕਤ ਰੋਸ਼ਨੀ ਨਿਕਲਦੀ ਹੈ, ਦਇਆ ਜਿਸ ਦਾ ਸੁਭਾਅ ਦੇ ਵਿੱਚ ਹਰ ਵਕਤ ਦਇਆ ਹੀ ਨਿਕਲਦੀ ਹੈ, ਹਰ ਇੱਕ 'ਤੇ ਦਇਆ ਨਿਕਲ, ਹਰ ਵਕਤ ਦਇਆ ਆਉਂਦੀ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੇਰੇ ਜੈਸਾ ਮੂੜ ਅਗਿਆਨੀ ਕੋਈ ਵੀ ਨਹੀਂ। ਐਸਾ ਕਿਉਂ ਕਹਿ ਰਹੇ ਨੇ? ਸਭ ਤੋਂ ਵੱਡਾ ਗਿਆਨ ਹੈ ਜੇ ਇਤਨੀ ਸਮਝ ਆ ਜਾਏ ਮੈਂ ਅਗਿਆਨੀ ਹਾਂ। ਸਭ ਤੋਂ ਵੱਡੀ ਸਿਆਣਪ ਹੈ ਜੇ ਕਿਧਰੇ ਸਮਝ ਆ ਜਾਏ ਮੈਂ ਕੁਛ ਵੀ ਨਹੀਂ। ਮੈਂ ਫਿਰ ਅਰਜ਼ ਕਰਾਂ, ਧਰਮ ਦੀ ਸਾਧਨਾ ਸਭ ਕੁਛ ਹੋਣਾ ਨਹੀਂ, ਧਰਮ ਦੀ ਸਾਧਨਾ ਹੈ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਸੰਸਾਰ ਦੀ ਸਾਧਨਾ ਹੈ ਮੈਂ ਸਭ ਕੁਛ ਹੋਣਾ, ਮੈਂ ਸਭ ਕੁਛ ਹੋਣਾ। ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਕਈ ਦਫ਼ਾ ਸਾਹਮਣੇ ਸਿਰ ਅੜ ਕੇ ਖੜਾ ਹੋ ਜਾਂਦਾ, ਇਤਨਾ ਕਮਜ਼ੋਰ ਮੈਨੂੰ ਨਾ ਸਮਝ, ਮੈਂ ਵੀ ਕੁਛ ਹਾਂ, ਤੂੰ ਇਤਨਾ ਨੀਵਾਂ ਮੈਨੂੰ ਸਮਝ ਲਿਆ, ਮੈਂ ਇਤਨਾ ਨੀਵਾਂ ਨਹੀਂ ਹਾਂ। ਛੋਟਾ ਹੋਣਾ ਅਖਰਦਾ ਹੈ, ਛੋਟਾ ਹੋਣਾ ਬੇਚੈਨ ਕਰਦਾ ਹੈ, ਛੋਟਾ ਹੋਣਾ ਪਰੇਸ਼ਾਨ ਕਰਦਾ ਹੈ। ਕੋਈ ਵੀ ਛੋਟਾ ਨਹੀਂ ਹੋਣਾ ਚਾਹੁੰਦਾ,
ਵੱਡਾ ਹੋਣਾ ਚਾਹੁੰਦਾ, ਸਭ ਤੋਂ ਵੱਡਾ ਹੋਣਾ ਚਾਹੁੰਦਾ, ਔਰ ਸਭ ਤੋਂ ਵੱਡਾ ਪਰਮਾਤਮਾ। ਮੋਸੋ ਨਾ ਦੀਨ ਦਿਆਲ ਨਾ ਤੋ ਸਰ, ਮੋਸੋ ਅਗਿਆਨ ਨਾ ਤੋ ਸੋ ਵਿਚਾਰੀ। ਤੇਰੇ ਜੈਸਾ ਕੋਈ ਵਿਚਾਰਕ ਨਹੀਂ ਹੈ, ਮੇਰੇ ਜੈਸਾ ਕੋਈ ਅਗਿਆਨੀ ਨਹੀਂ। ਤੀਸਰੀ ਪੰਕਤੀ, ਮੋਸੋ ਨਾ ਪਤਤ ਪਾਵਨ ਤੋ ਸਰ, ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ। ਮੇਰੇ ਜੈਸਾ ਕੋਈ ਪਤਤ ਨਹੀਂ, ਪਰ ਹੇ ਪ੍ਰਭੂ ਤੇਰੇ ਜੈਸਾ ਕੋਈ ਪਤਤ ਪਾਵਨ ਵੀ ਨਹੀਂ ਹੈ। ਇਸ ਰੂਹੇ ਜ਼ਮੀਨ ਤੇ ਮੇਰੇ ਜੈਸਾ ਕੋਈ ਵਿਕਾਰੀ ਨਹੀਂ ਹੈ, ਨਾ ਕੁਛ ਹੋਣਾ, ਕੁਛ ਵੀ ਨਹੀਂ, ਕੁਛ। ਪਰ ਤੇਰੇ ਜੈਸਾ ਕੋਈ ਉਪਕਾਰੀ ਨਹੀਂ ਹੈ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੋਹਰੇ ਹੈ ਔਗੁਣ ਤੋਂ ਗੁਣ ਸਾਗਰ, ਜਾਤਰ ਸਾਤਲ ਓਟ ਤਿਹਾਰੀ। ਤੂੰ ਗੁਣਾਂ ਦਾ ਸਾਗਰ ਹੈ, ਮੈਂ ਔਗੁਣਾਂ ਦਾ ਸਾਗਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਪੇਤੇ ਔਗੁਣ ਹਮਾਰੇ। ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ। ਸੰਸਾਰ ਦੇ ਚੱਲ ਸਕਦਾ, ਸੰਸਾਰ ਦੇ ਚਲਾਇਆ ਜਾ ਸਕਦਾ, ਨਿਰੰਕਾਰ ਦੀ ਦਰਗਾਹ ਵਿੱਚ ਨਹੀਂ, ਗੁਰੂ ਦੀ ਦਰਗਾਹ ਵਿੱਚ ਨਹੀਂ। ਉੱਥੇ ਆ ਕੇ ਤਾਂ ਇਹੀ ਆਖਣਾ ਪੈਣਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੀਜ ਜਿਸ ਦਿਨ ਨਾ ਕੁਛ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਉਸੇ ਦਿਨ ਦਰਖਤ ਬਣਦਾ ਹੈ। ਬਿਲਕੁਲ ਨਾ ਕੁਛ ਹੋ ਗਿਆ, ਬੀਜ ਆਖੇ ਮੈਂ ਸਭ ਕੁਛ ਹਾਂ, ਤੂੰ ਸਭ ਕੁਝ ਹੋਣ ਤੋਂ ਰਹਿ ਜਾਏਗਾ, ਨਾ ਦਰਖਤ ਬਣ ਸਕੇਗਾ, ਨਾ ਸ਼ਾਖਾਂ ਬਣ ਸਕੇਗਾ, ਨਾ ਫੁੱਲ ਬਣ ਸਕੇਗਾ, ਨਾ ਫਲ ਬਣ ਸਕੇਗਾ। ਨਾ ਕੁਛ ਹੋ ਕੇ ਹੀ ਮਨੁੱਖ ਸਭ ਕੁਛ ਹੋ ਜਾਂਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਦੂਸਰਾ ਸਵਈਆ, ਭਾਈ ਸਾਹਿਬ ਕਹਿੰਦੇ ਨੇ, ਰੂਪਹੀਨ ਕੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਕਾਵੇ ਚਾਲ ਵੀ ਐਸੀ ਹੈ ਜਿਹਦੇ ਉੱਤੇ ਬੜੇ ਬੜੇ ਵਿਦਵਾਨ ਆਸ਼ਿਸ਼ ਕਰ ਉੱਠਦੇ। ਇਹ ਤੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਪਿਤਾ ਅਕਾਲ ਪੁਰਖ, ਦਾਦਾ ਅਕਾਲ ਪੁਰਖ, ਪਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸਾਰਾ ਖਜ਼ਾਨਾ ਬੜਾ ਪਿਆ, ਕੋਈ ਖੋਲੇ ਤੇ ਸਹੀ, ਕੋਈ ਖੋਲੇ ਤੇ ਸਹੀ। ਖਜ਼ਾਨਾ ਖੋਲਿਆ ਨਹੀਂ, ਇਸ ਵਾਸਤੇ ਕੰਗਾਲਤਾ ਬਣੀ ਹੋਈ ਹੈ। ਜਿਤਨਾ ਗਿਆਨ ਦਾ ਸਾਹਿਤ ਸਿੱਖ ਜਗਤ ਕੋਲ ਹੈ, ਸ਼ਾਇਦ ਹੀ ਕਿਸੇ ਕੋਲ। ਪਰ ਜਿਤਨੀ ਅਣਗਹਿਲੀ ਇਸ ਕੌਮ ਨੇ ਕੀਤੀ ਹੈ, ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਇਹ ਵੀ ਮੈਂ ਅੱਜ ਨਹੀਂ ਖੋਲਿਆ। ਭਾਈ ਸਾਹਿਬ ਕਹਿੰਦੇ ਨੇ, ਇਹ ਖੂਬੀਆਂ ਮੇਰੇ ਕੋਲ ਨਹੀਂ ਨੇ, ਰੂਪਹੀਨ ਕੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਪਹਿਲੀ ਪੰਕਤੀ, ਨਾ ਸਾਡੇ ਕੋਲ ਕੋਈ ਸ਼ੋਭਾ ਹੈ, ਨਾ ਕੋਈ ਸਾਡੀ ਕੁੱਲ ਉੱਚੀ ਹੈ, ਨਾ ਸਾਡੇ ਕੋਲ ਕੋਈ ਰੂਪ ਰੰਗ ਹੈ, ਨਾ ਸਾਡੇ ਕੋਲ ਕੋਈ ਗਿਆਨ ਹੈ, ਨਾ ਕੋਈ ਸਾਡੇ ਕੋਲ ਗੁਣ ਹੈ। ਮੈਂ ਅਰਜ਼ ਕਰਾਂ, ਬਿਲਕੁਲ ਖਾਲੀ ਚੌਲੀ, ਬਿਲਕੁਲ ਖਾਲੀ ਹਿਰਦਾ ਜਿਹੜਾ ਲੈ ਕੇ ਆਇਆ, ਉਹੀ ਭਰਿਆ ਜਾਂਦਾ,
ਪਹਿਲੇ ਹੀ ਭਰਿਆ ਹੋਇਆ ਗੁਣਾਂ ਨਾਲ, ਕਲਾ ਨਾਲ, ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ, ਯਕੀਨ ਜਾਣੋ ਖਾਲੀ ਚਲੇ ਜਾਂਦੇ। ਇਹਦੇ 'ਤੇ ਬੜਾ ਸੋਹਣਾ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ। ਕਬੀਰ ਕਹਿੰਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ ਹਸਤੀ ਹਾਥੀ। ਕਹੋ ਕਬੀਰ ਕੁਲ ਜਾਤ ਪਾਤ ਤਜ, ਚੀਟੀ ਹੋਏ ਚੁਣ ਖਾਏ। ਇਹ ਜੋ ਖੰਡ ਦੇ ਦਾਣੇ ਰੇਤ ਵਿੱਚ ਬਿਖਰੇ ਪਏ ਨੇ, ਇਹ ਹਾਥੀ ਨਹੀਂ ਚੁਣ ਸਕਦਾ, ਹਾਥੀ ਤਾਂ ਦੂਰੋਂ ਦਿਖਾਈ ਦਿੰਦਾ। ਇਹ ਤਸ਼ਬੀਹ ਦਿੱਤੀ ਹੈ ਜੋ ਧਾਰਮਿਕ ਸਭਾ ਵਿੱਚ ਵੀ ਆਪਣੀ ਪ੍ਰਦਰਸ਼ਨੀ ਕਰੇ ਮੈਂ ਕੁਛ ਹਾਂ। ਕਬੀਰ ਕਹਿੰਦੇ ਨੇ ਹਾਥੀ ਆਇਆ, ਹਾਥੀ ਆਇਆ। ਜੋ ਮੰਦਿਰ ਮਸਜਿਦ ਗੁਰਦੁਆਰੇ 'ਚ ਵੀ ਆਖੇ ਮੈਂ ਕੁਛ ਹਾਂ, ਮੇਰੀ ਵੀ ਕੋਈ ਹੋਂਦ ਹੈ, ਅਸੀਂ ਐਵੇਂ ਨਹੀਂ ਹਾਂ, ਇਹ ਹਾਥੀ ਆਇਆ। ਇਹ ਸੂੰਡ ਮਾਰੇਗਾ, ਸ਼ਾਇਦ ਇੱਕ ਅੱਧ ਦਾਣਾ ਖੰਡ ਦਾ ਆ ਜਾਏ, ਹਜ਼ਾਰਾਂ ਦਾਣੇ ਰੇਤ ਦੇ ਆ ਜਾਣਗੇ, ਫਿੱਕਾ ਆਏਗਾ।